ਮੈਂ ਸਾਰੇ ਐਨ ਆਰ ਆਈ ਵੀਰਾਂ ਦਾ ਬਹੁਤ ਹੀ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਨੇ ਇੱਥੇ ਇੰਡੀਆ ਦੇ ਵਿੱਚ ਐਨੀ ਮਦਦ ਭੇਜ ਰਹੇ ਆ ਔਰ ਖਾਸ ਕਰਕੇ ਜੋ ਆਕਸੀਜਨ ਦੀ ਕਮੀਆਂ ਇਸ ਟਾਈਮ ਦਿੱਲੀ ਦੇ ਵਿੱਚ ਤੇ ਆਕਸੀਜਨ ਦੇ ਵਾਸਤੇ ਕਨਸੈਂਟਰੇਟਰ ਜਿਹੜੇ ਮੇਰੇ ਵੀਰ ਭੇਜ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਮਤਲਬ ਕਿ ਇਹ ਦੇਖੋ ਜਿਹੜੇ ਉੱਥੋਂ ਆ ਰਹੇ ਨੇ ਕਨਸੈਂਟਰੇਟਰ ਉਹ ਖਾਲਸਾ ਏਡ ਨੇ ਤਾਂ ਕੀਤਾ ਹੀ ਕੀਤੇ ਆ ਖਾਲ ਤੇ ਨਾਲ ਦੀ ਨਾਲ ਯੂਨਾਈਟਿਡ ਸਿੱਖ ਵੀ ਕਰ ਰਿਹਾ ਤੇ ਦਸਵੰਦ ਨੈਟਵਰਕ ਵੀ ਕਰ ਰਿਹਾ ਹੇਮਕੋਟ ਫਾਊਂਡੇਸ਼ਨ ਵੀ ਕਰ ਰਹੀ ਆ ਸਿੱਖ ਸੁਸਾਇਟੀ ਆਫ ਟੈਂਪਾ ਉਹ ਵੀ ਕਰ ਰਹੇ ਆ ਸਿੱਖ ਸੁਸਾਇਟੀ ਸੈਂਟਰਲ ਫਲੋਰੀਡਾ ਔਰਲੈਂਡੋ ਵਾਲੇ ਉਹ ਵੀ ਕਰ ਰਹੇ ਆ ਫਲੋਰੀਡਾ ਕਿਸਾਨ ਮੋਰਚਾ ਵੀ ਕਰ ਰਿਹਾ ਤੇ ਐਨ ਆਰ ਆਈ ਫਾਰ ਫਾਰਮਰਸ ਇਹ ਸਸਤਾ ਨੇ ਜਿਹੜੇ ਤੇ ਵੱਲ ਚੜ ਕੇ ਅੱਗੇ ਕਰ ਰਹੇ ਆ ਖਾਲਸਾ ਏਡ ਨੇ ਤਾਂ ਨਿਊਯਾਰਕ ਤੋਂ 500 ਉਹ ਜੋ ਕਨਸੈਂਟਰੇਟਰ ਲੈਨੇ ਜਿਹੜੇ ਕਿ ਯੂਜ਼ਡ ਉਹਨਾਂ ਨੇ ਉੱਥੋਂ ਲੈ ਲਏ ਕਿਉਂਕਿ ਅਮਰੀਕਾ ਦੇ ਵਿੱਚ ਨਵੇਂ ਮਿਲ ਨਹੀਂ ਰਹੇ ਤੇ ਉਹਨਾਂ ਨੂੰ ਨਾਲ ਕਨਵਰਟਰ ਵੀ ਉਹ ਉੱਥੋਂ ਹੀ ਇਹਨਾਂ ਦੇ ਨਾਲ ਕਰਕੇ ਵੇਚ ਰਹੇ ਆ ਮੇਰੀ ਨੀ ਸੇ ਉੱਥੇ ਡਾਕਟਰ ਅਬੂ ਜੀਦ ਕੌਰ ਉਹ ਵੀ ਉਹਨਾਂ ਦੇ ਨਾਲ ਐਸੋਸੀਏਟਿਡ ਆ ਤੇ ਬਾਕੀ ਵੀ ਜਿਹੜੇ ਦੂਜੇ ਦਸਵੰਦ ਨੈਟਵਰਕ ਨੇ ਤੇ ਖਾਸ ਕਰਕੇ ਉਹ ਕਮਰਜੀਤ ਸਿੰਘ ਚੋਹਲਹਰਾਨੇ ਟੈਂਪਾ ਵਾਲਿਆਂ ਨੇ ਉਹਨਾਂ ਨੇ ਵੀ ਆਪਣੀ ਕਨਸਾਈਨਮੈਂਟ ਆਰਡਰ ਕਰ ਦਿੱਤੀ ਆ ਤੇ ਉਹ ਕਨਸਾਈਨਮੈਂਟ ਵੀ ਚਾਈਨਾ ਤੋਂ ਉਹ ਕਨਸਾਈਨਮੈਂਟ ਆ ਰਹੀ ਆ ਤੇ ਇਹ ਬਹੁਤ ਹੀ ਚੰਗੀ ਗੱਲ ਆ ਜੋ ਇਹ ਸਾਰੀ ਸੰਗਤ ਅੱਗੇ ਵੱਧ ਚੜ ਕੇ ਤੁਸੀਂ ਇਹਦੇ ਹਿੱਸਾ ਪਾ ਰਹੇ ਹੋ ਮੈਂ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਇਹ ਇੱਕ ਗੁਰੂ ਦੀ ਸੇਵਾ ਜੋ ਅਸੀਂ ਕਰ ਰਹੇ ਆ ਇਹਦੇ ਚ ਦੋ ਤਿੰਨ ਚੀਜ਼ਾਂ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਅ ਅਮਰੀਕਾ ਦੇ ਵਿੱਚ ਜਿਹੜੇ 110 ਦੇ ਪਾਵਰ ਦੇ ਮਿਲ ਰਹੇ ਆ ਕਨਸੈਂਟ੍ਰੇਟਡ ਉਹਨਾਂ ਦੇ ਕਨਵਰਟਰ ਇੰਡੀਆ 'ਚ ਵੀ ਮਿਲ ਜਾਂਦੇ ਆ ਖਾਲਸਾਈਡ ਵੱਲ ਤੋਂ ਉੱਥੇ ਹੀ ਲੈ ਕੇ ਭੇਜ ਰਹੇ ਆ ਪਰ ਉਹ ਉੱਥੋਂ ਭੇਜਣ ਦੀ ਲੋੜ ਨਹੀਂ ਹੈ ਇੰਡੀਆ 'ਚ ਇਹਨਾਂ ਦੇ ਕਨਵਰਟਰ ਮਿਲ ਜਾਂਦੇ ਆ ਤੇ ਉਹ ਤੁਸੀਂ ਉੱਥੋਂ ਜੇ ਤੁਹਾਨੂੰ ਯੂਜ਼ਡ ਮਿਲਣਾ ਉਹ ਵੀ ਲੈ ਲੈ ਕੇ ਤੁਸੀਂ ਭੇਜ ਸਕਦੇ ਹੋ ਤੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਭੇਜਣਾ ਤੇ ਇੱਕ ਇੱਕ ਤੁਸੀਂ ਗਿਫਟ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਭੇਜ ਸਕਦੇ ਹੋ ਮੈਨੂੰ ਇਹ ਇਹਨਾਂ ਨੇ ਕਮਰਜੀਤ ਜੌਹਰ ਨੇ ਕਿਹਾ ਕਿ ਕਸਟਮ ਦੇ ਵਿੱਚ ਪ੍ਰੋਬਲਮ ਆ ਐਸ ਟਾਈਮ ਕਸਟਮ 'ਚ ਕੋਈ ਪ੍ਰੋਬਲਮ ਨਹੀਂ ਕਸਟਮ ਦੇ ਵਿੱਚ ਬੜੇ ਆਰਾਮ ਨਾਲ ਕਲੀਅਰਸ ਹੋ ਰਹੀ ਆ ਖਾਲਸਾਈਡ ਦੀਆਂ ਦੋ ਕਨਸਾਈਨਮੈਂਟ ਆ ਗਈਆਂ 4-5 4-5 ਘੰਟੇ ਚ ਇਹਨਾਂ ਨੇ ਕਲੀਅਰ ਉਹ ਕਨਸਾਈਨਮੈਂਟ ਆ ਹੋ ਗਈਆਂ ਤੇ ਬਾਕੀ ਜੇ ਕਿਸੇ ਨੂੰ ਪ੍ਰੋਬਲਮ ਆਵੇ ਤਾਂ ਉਹ ਤੁਸੀਂ ਮੈਨੂੰ ਕੰਟੈਕਟ ਕਰ ਲੈਣਾ ਜਾਂ ਤੁਸੀਂ ਉਹਨੂੰ ਮੈਸੇਜ ਦੇ ਦੇਣਾ ਮਨਵੀਤ ਨੂੰ ਵਾਸ਼ਿੰਗਟਨ ਜਾਂ ਇੱਕ ਕਮਰਜੀਤ ਕਮਲਜੀਤ ਜੋਹਲ ਨੂੰ ਮੈਸੇਜ ਦੇ ਦੇਣਾ ਇਹ ਮੈਨੂੰ ਕੰਟੈਕਟ ਕਰ ਲੈਣਗੇ ਅਸੀਂ ਇੱਥੋਂ ਕਨਸਾਈਨਮੈਂਟ ਕਲੀਅਰ ਕਰਾਵਾਂਗੇ ਹਾਈ ਕੋਰਟ ਤੋਂ ਅਸੀਂ ਆਰਡਰ ਕੀਤਾ ਆ ਕਿ ਕਨਸਾਈਨਮੈਂਟ ਜਲਦੀ ਤੋਂ ਜਲਦੀ ਕਲੀਅਰ ਕੀਤੀ ਜਾਵੇ ਇੱਕ ਗੱਲ ਯਾਦ ਰੱਖਿਓ ਕਿ ਜਦੋਂ ਤੁਸੀਂ ਇਹ ਕਨਸਾਈਨਮੈਂਟ ਭੇਜੋਗੇ ਤਾਂ ਇਹਦੇ ਵਿੱਚ ਉੱਪਰ ਫॉर ਚੈਰਿਟੀ ਲਿਖ ਦੇਣਾ ਤੇ ਜਿਹੜੇ ਤੁਸੀਂ ਇੰਡੀਵਿਜੂਅਲ ਵੀ ਇੱਕ ਇੱਕ ਪੀਸ ਤੁਸੀਂ ਐਸ ਜੇ ਗਿਫਟ ਭੇਜੋਗੇ ਉਹ ਕੋਰੀਅਰ ਤੇ ਤੁਸੀਂ ਭੇਜ ਸਕਦੇ ਹੋ ਉਹ ਕੋਰੀਅਰ ਤੁਹਾਡੇ ਸਟੇਸ਼ਨਾਂ ਨੂੰ ਡਰਾਈਵਰ ਹੋਏਗਾ ਉਹਦੇ ਉੱਪਰ ਵੀ ਲਿਖ ਦਿਓ ਗਿਫਟ ਨੋਟ ਫॉर ਸੇਲ ਹਾਂ ਉਹ ਲਿਖ ਕੇ ਭੇਜ ਦਿਓ ਉਹਦੇ ਨਾਲ ਬੜਾ ਕਨਵੀਨੀਐਂਟਲੀ ਇਹ ਉੱਥੇ ਅੱਗੇ ਪਹੁੰਚ ਜਾਂਦਾ ਇੱਕ ਗੱਲ ਹੋਰ ਜਿਹੜੀ ਬਹੁਤ ਹੀ ਜ਼ਰੂਰੀ ਆ ਇੱਥੇ ਜਿਹੜੇ ਕਨਵਰਟਰ ਆ ਉਹ ਡਿਫਰੈਂਟ ਡਿਫਰੈਂਟ ਟਾਈਪਸ ਦੇ ਨੇ ਦੇਖੋ ਜੇ 10 ਲੀਟਰ ਦਾ ਮਿਲ ਜੇ ਜਾਂ 8 ਲੀਟਰ ਦਾ ਮਿਲ ਜੇ ਉਹ ਤਾਂ ਬਹੁਤ ਹੀ ਵਧੀਆ ਬਹੁਤ ਵਧੀਆ ਉਹ ਤਾਂ ਮਤਲਬ ਕਿ ਉਸ ਦਾ ਇੱਕ ਤਰ੍ਹਾਂ ਦਾ ਹਸਪੀਟਲ ਯੂਜ਼ ਲਈ ਵੀ ਪੂਰਾ ਯੂਜ਼ਰ ਹੋ ਸਕਦਾ ਪਰ ਉਹ ਹੁਣ 10 ਲੀਟਰ ਦਾ ਤੇ 8 ਲੀਟਰ ਦਾ ਕਹਿੰਦੇ ਮਿਲ ਨਹੀਂ ਰਿਹਾ ਉਹ ਹੁਣ ਜਿਵੇਂ ਕਮਰਦੀਪ ਸਿੰਘ ਹੋਰਾਂ ਨੇ ਇੱਕ ਯੂਜ਼ਡ ਅੱਜ ਉਥੋਂ ਪੇਕ ਕੀਤਾ ਤੇ ਉਹ ਅੱਜ ਹੀ ਉਥੋਂ ਕੋਰੀਰ ਮੈਨੂੰ ਕਰਵਾ ਰਿਹਾ ਤੇ ਤੁਸੀਂ ਆਪਣੀ ਆਪਣੀ ਜਗ੍ਹਾ ਤੇ ਕਿਸੇ ਫਾਰਮੇਸੀ ਤੋਂ ਯੂਜ਼ਡ ਵੀ ਉਹ ਲੈ ਕੇ ਨਾ ਉੱਥੇ ਜਦੋਂ ਟੈਸਟ ਕਰ ਲਿਓ ਕਿ ਚੱਲਦਾ ਠੀਕ ਆ ਤੇ ਉਹਨੂੰ ਤੁਸੀਂ ਭੇਜ ਦਿਓ ਉਹ ਉਹ ਤਾਂ ਬਹੁਤ ਚੰਗੇ ਆ ਤੇ ਦੂਜਾ ਜਿਹੜੇ ਜ਼ਿਆਦਾਤਰ ਮਿਲਿਓ 5 ਲੀਟਰ ਵਾਲੇ ਮਿਲਦੇ ਆ ਜੇ 5 ਲੀਟਰ ਦੀ ਮਸ਼ੀਨ ਲਾਉਂਗੇ ਨਾ ਜਾਂ 7 ਲੀਟਰ 8 ਲੀਟਰ ਦੇ ਵੀ ਲਾਉਂਗੇ ਇੱਕ ਚੀਜ਼ ਜੁਰ ਧਿਆਨ ਰੱਖਿਓ ਕਈ ਮਸ਼ੀਨਾਂ ਜਿਹੜੀਆਂ ਨੇ ਉਹ ਹੋਮ ਯੂਜ਼ ਵਾਸਤੇ ਆ ਜਿਨ੍ਹਾਂ ਦਾ 6 7 ਕਿਲੋ 8 ਕਿਲੋ weight ਆ ਉਹ ਜਿਹੜੀਆਂ ਨੇ ਉਹ ਰੈਸਪੀਰੇਟਰੀ ਪ੍ਰੋਬਲਮਸ ਲਈ ਤਾਂ ਬਹੁਤ ਵਧੀਆ ਪਰ ਉਹ ਜਿਹੜੀਆਂ ਇਹ ਕੋਰੋਨਾ ਦੇ ਵਾਸਤੇ ਉਹ ਮਸ਼ੀਨਾਂ ਨਹੀਂ ਚੱਲਦੀਆਂ ਤੇ ਇਹ ਕਰੋਨਾ ਵਾਸਤੇ ਜੇ ਤੁਸੀਂ 5 ਲੀਟਰ ਵਾਲਾ ਵੀ ਜਾਂ 6 ਲੀਟਰ 7 ਲੀਟਰ ਵਾਲਾ ਵੀ ਲਓਗੇ ਤਾਂ ਕਮ ਸੇ ਕਮ ਉਹਦਾ 15 ਕਿਲੋ weight ਹੋਣਾ ਚਾਹੀਦਾ ਜਿਹੜਾ ਉਹ ਛੋਟੀ ਮਸ਼ੀਨ ਆ ਉਹ ਨੂੰ ਜਦੋਂ ਤਾਂ 1 ਲੀਟਰ 2 ਲੀਟਰ ਦੇ ਫਲੋ ਤੇ ਚਲਾਈਦਾ ਤਾਂ ਉਹਦੀ ਜਿਹੜੀ ਆਕਸੀਜਨ ਉਹ ਚਾਉਂਦੀ ਆ 90% ਜਦੋਂ ਉਹਦਾ ਫਲੋ ਵਧਾ ਦੇਈਦਾ 5 ਲੀਟਰ ਦੇ ਚਲਾਈਦਾ ਤਾਂ ਉਹਦੇ ਚ ਆਕਸੀਜਨ 30 35% ਹੀ ਆਉਂਦੀ ਆ ਸਿਰਫ ਤੇ 21% ਤਾਂ ਸਾਡੀ ਆਕਸੀਜਨ ਐਟਮੋਸਫੇਅਰ ਦੇ ਵਿੱਚ ਵੀ ਆ ਉਹ ਤਾਂ ਸਮਝੋ ਕਿ ਉਹ ਸਿਰਫ ਹਵਾਈ ਸੁੱਟਰੇ ਆ ਥੋੜੇ ਜਿਹਾ ਮਲਕੇ ਨਾਰਮਲ ਹਵਾ ਨਾਲੋਂ ਬੈਟਰ ਤਾਂ ਇਸ ਕਰਕੇ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੈ ਇਹ ਜਿਹੜੇ ਭੇਜਨੇ ਆ ਇਹ ਜਿਹੜੀ 15 ਲੀਟਰ ਵਾਲੀ ਮਸ਼ੀਨ ਆ 15 ਕਿਲੋ ਵਾਲੀ 15 ਕਿਜੀ ਜਿਹੜੀ ਮਸ਼ੀਨ ਦਾ weight ਆ ਉਹ ਮਸ਼ੀਨ ਆ 5 ਲੀਟਰ ਦੇ ਉੱਪਰ ਵੀ ਉਹ 90% ਆਕਸੀਜਨ ਕਨਸੈਂਟ੍ਰੇਸ਼ਨ ਭੇਜਦੀ ਆ ਤੇ ਉਹ 70 75 75 ਜਾਂ 80 ਤੱਕ ਵੀ ਆਰਾਮ ਨਾਲ ਜਿਹਦਾ ਆਕਸੀਜਨ ਦਾ ਲੈਵਲ ਆਕਸੀਮੀਟਰ ਤੇ ਆ ਵੀ ਤੁਹਾਨੂੰ ਚੁੱਕ ਲਿੰਦੀ ਆ ਜਿਹੜੀ 10 ਲੀਟਰ ਵਾਲੀ ਮਸ਼ੀਨ ਆ ਉਹ ਤਾਂ ਬਹੁਤ ਹੀ ਵਧੀਆ ਉਹ ਤਾਂ ਉਹਦੇ ਤੇ ਤਾਂ इवन ਵਾਈਪ ਪਾਈਪ ਤੱਕ ਵੀ ਉਹਦੇ ਤੇ 10 ਲੀਟਰ ਵਾਲੀ ਮਸ਼ੀਨ ਤੇ ਉੱਤੇ ਚੱਲ ਸਕਦਾ ਤੇ ਜਿੰਨੀਆਂ ਵੀ 8 ਲੀਟਰ 10 ਲੀਟਰ ਮਿਲਣ ਤੁਹਾਨੂੰ ਉਹ ਮਸ਼ੀਨਾਂ ਇੱਥੇ ਲੈ ਕੇ ਇੰਡੀਵਿਜੂਅਲੀ ਲੈ ਲੈ ਕੇ ਲੈ ਲੈ ਕੇ ਤੁਸੀਂ ਭੇਜਦੇ ਰਹੋ ਚਾਹੇ ਆਪਣੇ ਸੇਰਾਂ ਨੂੰ ਭੇਜ ਭੇਜਦੇ ਰਹੋ ਤੇ ਇਹ ਉਹ ਇੱਥੇ ਯੂਜ਼ ਹੋਣਗੀਆਂ ਦੇਖੋ ਵੈਗਰੂ ਦੀ ਮੇਰੇ ਨਾਲ ਅੱਜ ਦਿੱਲੀ ਦੇ ਹਾਲਾਤ ਥੋੜੇ ਸੁਧਰੇ ਆ ਕਿਉਂਕਿ ਅੱਜ ਦਿੱਲੀ ਨੂੰ ਸੈਂਟਰ ਗਵਰਨਮੈਂਟ ਵੱਲੋਂ 720 ਮੈਟ੍ਰਿਕ ਟਨ ਆਕਸੀਜਨ ਮਿਲੀ ਆ ਜਿਹੜੀ ਕਿ ਦੁੱਗਣੀ ਮਿਲ ਗਈ ਪਹਿਲਾਂ ਨਾਲੋਂ ਤੇ ਹੁਣ ਹਾਲਤ ਥੋੜੇ ਸੁਧਰੇ ਆ ਪਰ ਅਜੇ ਵੀ ਕੋਈ ਪਤਾ ਨਹੀਂ ਕਿਉਂਕਿ ਜਿਵੇਂ ਕਿਹਾ ਜਾ ਰਿਹਾ ਕਿ ਜੇ ਅਜੇ ਤਾਂ ਇਹਦਾ ਪੀਕ ਆਉਣਾ ਜਿਵੇਂ ਕਿਹਾ ਜਾ ਰਿਹਾ ਥਰਡ ਵੇਵ ਆਉਣੀ ਆ ਤਾਂ ਇਸ ਕਰਕੇ ਅਜੇ ਵੀ ਤੁਸੀਂ ਇਹ ਜੀ ਸਾਨੂੰ ਤਿਆਰੀ ਪੂਰੀ ਰੱਖਣੀ ਚਾਹੀਦੀ ਆ ਤੇ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਵੈਗਰੂ ਅੱਗੇ ਅਰਦਾਸ ਕਰਦੇ ਆ ਕਿ ਪੰਜਾਬ 'ਚ ਲੋਡ ਨਾ ਪਵੇ ਤੇ ਪਰ ਜੇਕਰ ਪੰਜਾਬ ਚ ਜਰੂਰਤ ਪਈ ਤਾਂ ਸਾਰੀਆਂ ਮਸ਼ੀਨਾਂ ਉਹ ਤੋਂ ਬਾਅਦ ਜਾ ਕੇ ਪੰਜਾਬ ਚ ਯੂਜ਼ ਹੋਣ ਗਿਆ ਪੰਜਾਬ ਚ ਵੀ ਪੇਚੀਆਂ ਜਾਣਕੀਆਂ ਇਹ ਮੈਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦੀ ਆ ਯੂਨਾਈਟਿਡ ਸਿੱਖ ਹਰਦੀਾਲ ਸਿੰਘ ਹੋਰਾਂ ਦਾ ਬੜਾ ਧੰਨਵਾਦੀ ਆ ਜਿਹੜਾ ਇਹਨਾਂ ਕੰਮ ਕਰ ਰਹੇ ਆ ਇਹ ਕਮਰਦੀਪ ਚੋਹਲ ਤੇ ਬਾਕੀ ਸਾਰੇ ਜਿਹੜੇ ਤੁਸੀਂ ਲੱਗੇ ਹੋ ਉਹ ਉਹ ਕਰ ਰਿਹਾ ਜੇ ਤੁਸੀਂ ਮੈਨੂੰ ਕੰਟੈਕਟ ਕਰਨਾ ਤੁਸੀਂ ਮਨਮੀਤ ਨੂੰ ਕੰਟੈਕਟ ਕਰ ਸਕਦੇ ਹੋ ਵਾਸ਼ਿੰਗਟਨ ਜਾਂ ਕਮਰਦੀਪ ਚੋਹਲ ਨੂੰ ਕੰਟੈਕਟ ਕਰ ਸਕਦੇ ਹੋ ਲਗਾਤਾਰ ਮੇਰੇ ਨਾਲ ਇਨ ਟੱਚ ਨੇ ਤੇ ਤੁਹਾਡਾ ਸਾਰਿਆਂ ਦਾ ਮੈਂ ਫਿਰ ਬਹੁਤ ਹੀ ਸ਼ੁਕਰਗੁਜ਼ਾਰ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਦੇਖੋ ਮੈਂ ਇਹ ਜਾਦਾ ਅਮਰੀਕਾ ਵਾਲਿਆਂ ਵਾਸਤੇ ਕਹਿ ਰਿਹਾ ਤੇ ਪਰ ਯੂਰਪ ਦੇ ਵਿੱਚ ਵੀ ਇਹ ਮਸ਼ੀਨਾਂ ਅਵੇਲੇਬਲ ਨੇ ਯੂਰਪ ਦੇ ਵਿੱਚ ਬਲਜਿੰਦਰ ਸਿੰਘ ਹੋਰਾਂ ਨੇ ਜਰਮਨੀ ਚੋਂ ਉਹ ਪੀ ਉੱਥੋਂ ਮਸ਼ੀਨਾਂ ਵੇਚੀਆਂ ਤੇ ਉਹਨਾਂ ਨੇ ਵੀ ਇੱਕ 9 ਲੀਟਰ ਯੂਜ਼ ਚ ਮਸ਼ੀਨ ਉੱਥੋਂ ਮਿਲੀ ਆ ਉਹ ਲੈ ਕੇ ਉਹਨਾਂ ਨੇ ਉਹਨਾਂ ਨੇ ਵੇਚੀ ਆ ਤੇ ਇਸੇ ਤਰ੍ਹਾਂ ਯੂਰਪ ਕੀ ਵੀ ਤੁਸੀਂ ਟਰਾਈ ਕਰਦੇ ਰਹੋ ਜਿੱਥੇ ਤੁਹਾਨੂੰ ਜੇ ਇਹ ਮਸ਼ੀਨਾਂ ਮਿਲ ਉੱਥੋਂ ਵੀ ਤੁਸੀਂ ਭੇਜ ਸਕਦੇ ਹੋ ਤੇ ਇੰਡੀਵਿਜੂਅਲ ਗਿਫਟ ਇੱਕ ਇੱਕ ਮਸ਼ੀਨ ਕਰਕੇ ਵੀ ਭੇਜੋਗੇ ਉਹ ਵੀ ਆ ਚੁਗੀ ਤੇ ਇਸੇ ਤਰ੍ਹਾਂ ਮੇਰੀ ਦੂਜਿਆਂ ਨੂੰ ਵੀ ਸਾਰਿਆਂ ਨੂੰ ਜੇ ਇਹ ਬੇਨਤੀ ਆ ਆਸਟ੍ਰੇਲੀਆ ਵਾਲਿਆਂ ਨੂੰ ਵੀ ਤੇ ਸਾਰੇ ਐਨਆਰਆਈ ਵੀਰਾਂ ਨੂੰ ਬੇਨਤੀ ਆ ਕਿ ਇਹ ਤੁਸੀਂ ਸਾਰੇ ਆਪਣੇ ਹਿੱਸਾ ਪਾ ਰਹੇ ਹੋ ਤੇ ਅੱਗੇ ਵਾਗ ਨੂੰ ਮਿਹਰ ਕਰੇ ਕਿ ਅੱਗੇ ਹੋਰ ਵੀ ਵੱਧ ਚੜ ਕੇ ਸਾਰਾ ਸਿਪਾਈਏ ਤੇ ਇਨਸਾਨੀਅਤ ਦੀ ਸੇਵਾ ਕਰੀਏ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਇਸ ਮੌਕੇ ਦੇ ਉੱਤੇ ਜੋ ਸਿੱਖਾਂ ਨੇ ਇਨਸਾਨੀਅਤ ਦੀ ਸੇਵਾ ਦੇ ਵਾਸਤੇ ਕੀਤਾ ਗੁਰੂ ਦਾ ਸ੍ਰੀन्हा ਲੈ ਕੇ ਇਹ ਸਾਰੇ ਦੁਨੀਆ ਦੇ ਵਿੱਚ ਕੀਤਾ ਤੇ ਇਹਦਾ ਮੈਂ ਤੁਹਾਨੂੰ ਸਾਰਿਆਂ ਦਾ ਬਹੁਤ ਧੰਨਵਾਦੀਆਂ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵੈਗੜੂ ਜੀ ਕਾ ਖਾਲਸਾ ਵੈਗੜੂ ਜੀ ਕੀ ਫਤਿਹ